ਨੋਵਲ ਅਗਨੀ ਪ੍ਰੀਖਿਆ ਦਾ ਨਵਾਂ ਅੰਗ 6 ਮਹੀਨੇ ਮਗਰੋਂ ਜਦੋਂ ਉਹਦੀ ਮਾਂ ਉਹਨੂੰ ਅੰਮ੍ਰਿਤਸਰ ਤੋਂ ਮੋੜ ਕੇ ਲਿਆਈ ਦੇਖਣ ਨੂੰ ਉਹ ਚੰਗੀ ਭਲੀ ਲੱਗਦੀ ਸੀ ਮਾਂ ਦੇ ਆਖੇ ਰੋਟੀ ਖਾ ਲੈਂਦੀ ਦਵਾਈ ਪੀ ਲੈਂਦੀ ਕੱਪੜੇ ਬਦਲ ਲੈਂਦੀ ਪਰ ਉਹ ਇੱਕੋ ਚੁੱਪ ਸੀ ਉਹ ਸਾਰਾ ਦਿਨ ਸੜਕਾਂ ਤੇ ਫਿਰਦੀ ਰਹਿੰਦੀ ਮਾਂ ਵੀ ਨਾ ਰੋਕਦੀ ਉਹਨੂੰ ਪਤਾ ਸੀ ਘਰ ਚੋਂ ਦਾ ਦਮ ਘੁੱਟਦਾ ਹੈ ਇੱਕ ਮੁੰਡੂ ਮਾਂ ਨੇ 15 ਰੁਪਏ ਮਹੀਨੇ ਤੇ ਰੱਖ ਲਿਆ ਸੀ ਜਿਹੜਾ ਉਹਦੇ ਮਗਰ ਮਗਰ ਫਿਰਦਾ ਰਹਿੰਦਾ ਮਤਾ ਕਿਸੇ ਮੋਟਰ ਹੇਠ ਹੀ ਨਾ ਆ ਜਾਈ ਕਿਸੇ ਖੂ ਟੋਬੇ ਵਿੱਚ ਇਹਨਾਂ ਡਿੱਗ ਪਵੇ ਚੁੱਪਚਾਪ ਫਿਰਦੀ ਰਹਦੀ ਪਰ ਕਦੇ-ਕਦੇ ਕਿਸੇ ਬੰਦੇ ਦੀ ਬਾਹ ਫੜ ਕੇ ਆਖਦੀ ਉਹਨੂੰ ਆਖੀ ਪਰ ਕੀ ਆਖੀ ਉਹ ਕੋਸ਼ਿਸ਼ ਕਰਨ ਤੇ ਵੀ ਨਾ ਸੋਚ ਸਕਦੀ ਫਿਰ ਅੱਖਾਂ ਭਰ ਕੇ ਆਖਦੀ ਤੂੰ ਉਹਨੂੰ ਆਖੀ ਖਬਰੇ ਉਹਨੇ ਡੈਡੀ ਨੂੰ ਕੁਝ ਆਖਣਾ ਸੀ ਜਾਂ ਹਰਦੇਵ ਨੂੰ ਕੀ ਪਤਾ ਜਸਵੀਰ ਲਈ ਉਹਦੇ ਮਨ 'ਚ ਕੋਈ ਗੱਲ ਸੀ ਜਾਂ ਹਰਿੰਦਰ ਨੂੰ ਕੁਝ ਕਹਿਣਾ ਸੀ ਕਦੇ-ਕਦੇ ਕੋਈ ਭਲਾ ਰਾਹੀ ਕਹਿੰਦਾ ਵਿਚਾਰੀ ਆਮ ਲੋਕੀ ਉਹਦੀਆਂ ਗੱਲਾਂ ਤੇ ਹੱਸ ਪੈਂਦੇ ਉਹਨਾਂ ਦੇ ਮੂੰਹ ਆਲੇ ਹੋਂ ਤੱਕ ਦੀ ਜਿਵੇਂ ਕਹਿੰਦੀ ਹੋਵੇ ਇਹ ਵੀ ਕੋਈ ਹੱਸਣ ਵਾਲੀ ਗੱਲ ਐ ਇਹ ਕਿਹੋ ਜਿਹਾ ਵੇ ਦੇਸ਼ ਇਹ ਕਿਹੋ ਜਿਹਾ ਵੇ ਤੇਰੇ ਦੇਸ਼ ਦੇ ਲੋਕ ਫਿਰ ਉਹ ਖਾਲੀ-ਖਾਲੀ ਨਜ਼ਰਾਂ ਨਾਲ ਅਗਲੇ ਵੱਲ ਤੱਕਦੀ ਗਾਂ ਤੁਰ ਜਾਂਦੀ ਜੇ ਕਦੀ ਤੁਹਾਨੂੰ ਉਹਦੇ ਸ਼ਹਿਰ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਦੇਖੋਗੇ ਸੁੰਨੀਆਂ ਜੀਆਂ ਸੜਕਾਂ ਉੱਤੇ ਉਦਾਸ ਤੁਰੇ ਫਿਰਦੀ ਉਹ ਅੱਜ ਵੀ ਕਿਸੇ ਆਉਂਦੇ ਜਾਂਦੇ ਰਾਹੀ ਦੀ ਬਾਹ ਫੜ ਕੇ ਆਖਦੀ ਏ ਉਹਨੂੰ ਆਖੀ ਵਰਾ ਲੰਘ ਗਿਆ ਹੁਣ ਉਹ ਨਹੀਂ ਸੀ ਆਖਦੀ ਉਹਨੂੰ ਆਖੀ ਜਿਵੇਂ ਉਹਨੂੰ ਸਮਝ ਆ ਗਈ ਹੋਵੇ ਇਥੇ ਕੋਈ ਕਿਸੇ ਨੂੰ ਕੁਝ ਨਹੀਂ ਆਖ ਸਕਦਾ 12 ਦਰੀਚ ਫੁੱਲਾਂ ਦੇ ਕੋਲ ਕਿੰਨਾ ਕਿੰਨਾ ਚਿਰ ਬੈਠੀ ਰਹਿੰਦੀ ਉਹ ਇਹ ਜਿਵੇਂ ਉਹਨੂੰ ਜਾਣਦੇ ਹੋ ਹੌਲੀ ਹੌਲੀ ਮਨੁੱਖ ਦੀ ਦੁਨੀਆ ਦਾ ਅਸਰ ਉਹਦੇ ਚਿਹਰੇ ਤੋਂ ਹਟਣ ਲੱਗਿਆ ਤੇ ਫੁੱਲਾਂ ਦੀ ਦੁਨੀਆ ਉਹਦੇ ਮੂੰਹ ਤੇ ਵੱਸਣ ਲੱਗ ਪਈ ਕਿੰਨੇ ਦਿਨਾਂ ਤੋਂ ਸ਼ਿਵ ਉਹਨੂੰ ਇੱਥੇ ਘੁੰਮਦੀ ਵੇਖਦਾ ਆ ਰਿਹਾ ਸੀ ਉਹ ਵੀ ਫੁੱਲਾਂ ਦੀਆਂ ਤਸਵੀਰਾਂ ਬਣਾਉਣ ਅਕਸਰ ਇੱਥੇ ਆਉਂਦਾ ਸੀ ਇੱਕ ਦਿਨ ਜਦੋਂ ਅਸ਼ੋਕ ਦੇ ਬ੍ਰਿਖਸ਼ ਦੀ ਤਸਵੀਰ ਬਣਾ ਰਿਹਾ ਸੀ ਤਾਂ ਅਚਾਨਕ ਉਸੇ ਬ੍ਰਿਖਸ਼ ਤੇ ਖਲੁੱਤੀ ਇਹ ਕਹਾਣੀ ਸ਼ਿਵ ਦੇ ਮਨ ਵਿੱਚੋਂ ਲੰਗੀ ਕਿ ਕਹਿੰਦੇ ਨੇ ਜਦੋਂ ਇੱਕ ਕੁਆਰੀ ਯੁਕਤੀ ਅਸ਼ੋਕ ਬ੍ਰਿਖਸ਼ ਤੇ ਆ ਕੇ ਖਲੋਂਦੀ ਹੈ ਤਾਂ ਦੀ ਉਹਦੇ ਫੁੱਲ ਖਿੜਦੇ ਨੇ ਫਿਰ ਉਹਨੂੰ ਲੱਗਿਆ ਕਿ ਜਿਸ ਯੁਕਤੀ ਦੇ ਬ੍ਰਿਖਸ਼ ਖਲੋਤੇ ਆ ਫੁੱਲ ਖਿਲ ਜਾਂਦੇ ਨੇ ਉਹ ਇਸ ਕੁੜੀ ਨਾਲੋਂ ਵੱਖਰੀ ਤਰ੍ਹਾਂ ਦੀ ਕਦੀ ਵੀ ਨਹੀਂ ਹੋ ਸਕਦੀ ਸਾਰਾ ਦਿਨ ਲਾ ਕੇ ਜਿਹੜੀ ਤਸਵੀਰ ਉਹਨੇ ਬਣਾਈ ਸੀ ਉਹ ਤੇ ਫੇਰ ਗਲਤ ਸੀ ਉਸ ਵਿੱਚ ਅਸ਼ੋਕ ਦੇ ਫੁੱਲ ਤਾਂ ਖਿਲੇ ਹੋਏ ਸਨ ਪਰ ਉਹਦੇ ਹੇਠਾਂ ਕੋਈ ਕੁਆਰੀ ਕੁੜੀ ਨਹੀਂ ਸੀ ਖਲੋਤੀ ਹੋਈ ਜੇ ਤੂੰ ਥੋੜਾ ਜਿਰੇਥੀ ਉਹਹੀਂ ਖਲੋਤੀ ਰਹੀਂ ਮੈਂ ਆਪਣੀ ਤਸਵੀਰ ਪੂਰੀ ਕਰ ਲਵਾਂ ਸ਼ਿਵ ਨੇ ਮਨਦੀਪ ਨੂੰ ਜਾਣਵਾਵਾਂਗਾ ਆਖਿਆ ਅੱਛਾ ਆਖੋ ਖਲੋ ਗਈ ਤਸਵੀਰ ਬਣਾਉਂਦੇ ਆ ਜਦੋਂ ਵੀ ਸ਼ਿਵ ਨੇ ਉਹਦੇ ਵੱਲ ਦੇਖਿਆ ਉਹਨੂੰ ਲੱਗਿਆ ਜਿਵੇਂ ਸਤਰੰਗੀ ਪੀਂਗ ਕੁੜੀ ਬਣ ਗਈ ਹੋਵੇ ਦਿਨ ਢਲ ਗਿਆ ਸੀ ਜਦੋਂ ਤਸਵੀਰ ਪੂਰੀ ਹੋਈ ਕਿੱਡੀ ਦੇ ਕਿੱਡੀ ਸੋਹਣੀ ਐ ਸ਼ਿਵ ਨੇ ਉਹਨੂੰ ਤਸਵੀਰ ਦਿਖਾਉਂਦੇ ਆ ਕੇ ਇਹ ਮੈਨੂੰ ਦੇ ਦੇ ਮਨਦੀਪ ਬੋਲੀ ਕਿਉਂ ਮੈਨੂੰ ਲੱਗਦਾ ਜਿਵੇਂ ਇਸ ਕੁੜੀ ਨੂੰ ਮੈਂ ਥੋੜਾ ਥੋੜਾ ਜਾਣਦੀ ਆ ਹਾਂ ਹਾਂ ਜਾਣਦੀ ਤੇਰੀ ਤਾਂ ਤਸਵੀਰ ਐ ਮੇਰੀ ਮੈਂ ਕੌਣ ਆ ਵਾਹ ਤੂੰ ਇਹ ਵੀ ਨਹੀਂ ਜਾਣਦੀ ਕਿ ਤੂੰ ਕੌਣ ਐ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ ਮੈਂ ਮੈਂ ਸ਼ੇਵ ਇਹਦਾ ਕੀ ਸਬੂਤ ਹੈ ਸਿਰਫ ਇਹੀ ਕਿ ਲੋਕ ਤੁਹਾਨੂੰ ਸ਼ੇਵ ਆਖਦੇ ਹਨ ਸ਼ਿਵ ਨੇ ਉਹ ਤਸਵੀਰ ਉਹਨੂੰ ਦੇ ਦਿੱਤੀ ਤਸਵੀਰ ਲੈ ਕੇ ਉੱਥੋਂ ਤੁਰਾਈ ਸ਼ਿਵ ਕਿੰਨਾ ਜ਼ਿਰੋਦੀਵਲ ਤੱਕਦਾ ਰਿਹਾ ਜਿਵੇਂ ਉਹ ਕੁੜੀ ਨਾ ਹੋ ਕੇ ਇੱਕ ਸਵਾਲੀਆ ਫਿਕਰਾ ਹੋਵੇ ਸ਼ਿਵ ਨੇ ਵੇਖਿਆ ਬਾਰਾਂਦਰੀ ਵਿੱਚਲੇ ਮਹਿਲ 'ਚ ਬੱਤੀਆਂ ਜਗ ਪਈਆਂ ਹਨ ਹਨੇਰੇ 'ਚ ਚਾਨਣ ਕਰ ਰਹੀਆਂ ਨੇ ਉਹਨੂੰ ਖਿਆਲ ਆਇਆ ਇਹਦਾ ਕੀ ਸਬੂਤ ਹੈ ਉਨੇ ਜਿਵੇਂ ਆਪਣੇ ਆਪ ਤੋਂ ਪੁੱਛਿਆ ਅੱਖਾਂ ਦੱਸਦੀਆਂ ਨੇ ਇਸ ਲਈ ਪਰ ਕੀ ਅੱਖਾਂ ਸਭ ਕੁਝ ਠੀਕ ਹੀ ਦੱਸਦੀਆਂ ਨੇ ਦੂਜੇ ਪੱਲੂ ਸੋਚ ਗਿਆ ਸਾਹਮਣੇ ਕਾਲੀ ਦੇਵੀ ਦੇ ਮੰਦਰ ਦੀਆਂ ਟੱਲੀਆਂ ਵੱਜ ਰਹੀਆਂ ਹਨ ਦੇਵੀ ਦੀ ਆਰਤੀ ਹੋ ਰਹੀ ਹੈ ਦੇਵੀ ਸੱਚਮੁੱਚ ਵਿੱਚ ਭਲਾਂਕੇ ਹੋ ਜੀ ਹੋਏਗੀ ਸੋਚਦਿਆਂ ਉਹਦੀ ਅੱਖਾਂ ਅੱਗੇ ਮੰਦੀਪ ਦੀ ਸ਼ਕਲ ਆ ਗਈ ਹੋ ਸਕਦਾ ਦੇਵੀ ਦਾ ਅਜਿਹੀ ਰੂਪ ਹੋਵੇ ਤੇ ਮਰਨ ਮਗਰੋਂ ਲੋਕੀ ਇਹਦਾ ਵੀ ਇੱਕ ਮੰਦਰ ਬਣਾ ਦੇਣ ਉਹਨੂੰ ਖਿਆਲ ਆਇਆ ਚੱਲ ਮਨਾ ਘਰੋਂ ਚਲੀਏ ਸ਼ਿਵ ਨੇ ਉੱਚੀ ਆਖਿਆ ਇੱਕਾ ਇੱਕ ਫੇਰ ਉਹਨੂੰ ਮਨਦੀਪ ਦਾ ਖਿਆਲ ਆ ਗਿਆ ਜਿਵੇਂ ਹੁਣੇ ਉਹ ਆਖੇਗੀ ਕਿ ਇਹ ਤੁਹਾਡਾ ਘਰ ਹੈ ਸਬੂਤ ਇਸੇ ਲਈ ਕਿ ਲੋਕੀ ਕਹਿੰਦੇ ਨੇ ਹਾਂ ਹਾਂ ਮਨੁੱਖ ਕਿੱਡਾ ਮੂਰਖ ਹੈ ਉਹਨੂੰ ਜਿਵੇਂ ਕੋਈ ਆਖ ਦਿੰਦਾ ਉਸੇ ਤਰ੍ਹਾਂ ਮੰਨ ਲੈਂਦਾ ਸਦਿਆਂ ਤੋਂ ਇਉਂ ਹੀ ਮੰਦਾ ਆ ਰਿਹਾ ਹੈ ਇਹ ਵੀ ਤੇ ਹੋ ਸਕਦਾ ਹੈ ਕਿ ਕੋਈ ਵੀ ਘਰ ਉਹਦਾ ਘਰ ਨਾ ਹੋਵੇ ਸ਼ਿਵ ਘਰ ਪਹੁੰਚ ਗਿਆ ਅਜ ਘਰ ਦੀ ਹਰ ਚੀਜ਼ ਨੂੰ ਇਉਂ ਆਖ ਆਖਾਂ ਫੜ-ਫੜ ਕੇ ਦੇਖ ਰਹੀ ਐ ਸੀ ਜਿਵੇਂ ਪਹਿਲੇ ਕਦੇ ਉਹਨੇ ਇਹਨਾਂ ਨੂੰ ਦੇਖਿਆ ਹੀ ਨਾ ਹੋਵੇ। ਸ਼ਿਵ ਤੋਂ ਤਸਵੀਰ ਲੈ ਕੇ ਮਨਦੀਪ ਘਰ ਆ ਗਈ। ਤਸਵੀਰ ਨੂੰ ਕਾਰਨਸ ਤੇ ਰੱਖ ਕੇ ਆਖਣ ਲੱਗੀ। ਤੂੰ ਮਨਦੀਪ ਇਹ ਤਸਵੀਰ ਉਹਨੂੰ ਵਿਅੰਗ ਨਾਲ ਮੁਸਕਰਾਉਂਦੀ ਲੱਗੀ ਜਿਵੇਂ ਕਹਿੰਦੀ ਹੋਵੇ, "ਇਓ ਕਿੰਨਾ ਚਿਹਰਾ ਆਪਣੇ ਆਪ ਨੂੰ ਧੋਖਾ ਦੇ ਸਕੇਗੀ ਮਨਦੀਪ?" ਨਹੀਂ ਨਹੀਂ ਮੈਂ ਮਨਦੀਪ ਨਹੀਂ। ਆਖਦਿਆਂ ਉਹਨੇ ਤਸਵੀਰ ਨੂੰ ਪੁੱਠੀ ਕਰਕੇ ਰੱਖ ਦਿੱਤਾ। ਉਹ ਲੰਮੀ ਪੈ ਗਈ ਪਰ ਝਟਕ ਮਗਰ ਉੱਠ ਕੇ ਬੈਠੀ ਜਿਵੇਂ ਤਸਵੀਰ ਨੇ ਉਹਨੂੰ ਬੁਲਾਇਆ ਹੋਵੇ। ਤਸਵੀਰ ਫੇਰ ਸਿੱਧੀ ਕਰਕੇ ਰੱਖ ਲਈ ਉਹਦੀਆਂ ਅੱਖਾਂ 'ਚ ਧਿਆਨ ਨਾਲ ਦੇਖ ਕੇ ਬੋਲੀ ਹਰਦੇਵ ਦਾ ਕੀ ਹਾਲ ਏ ਮਨਦੀਪ ਮੈਨੂੰ ਨਹੀਂ ਪਤਾ ਤਸਵੀਰ ਨੇ ਫੇਰ ਜਿਵੇਂ ਵਿਅੰਗ ਨਾਲ ਆਖਿਆ ਮੈਂ ਉਹਨੂੰ ਯਾਦ ਨਹੀਂ ਰੱਖਣਾ ਚਾਹੁੰਦੀ ਮੈਂ ਪਾਪਾ ਨੂੰ ਵੀ ਭੁੱਲ ਜਾਣਾ ਚਾਹਨੀ ਆ ਜਸਵੀਰ ਨੂੰ ਵੀ ਹਰਿੰਦਰ ਨੂੰ ਵੀ ਤੂੰ ਤਾਂ ਆਪਣੇ ਆਪ ਨੂੰ ਵੀ ਯਾਦ ਨਹੀਂ ਰੱਖਣਾ ਚਾਹੁੰਦੀ ਤਸਵੀਰ ਨੇ ਜਿਵੇਂ ਫੇਰ ਵਿਅੰਗ ਨਾਲ ਮੁਸਕਰਾ ਕੇ ਆਖਿਆ ਫਿਰ ਉਹਨੇ ਕਈ ਦਿਨ ਤਸਵੀਰ ਨਾਲ ਕੋਈ ਗੱਲ ਨਾ ਕੀਤੀ ਉਹਦੇ ਸਾਹਮਣੇ ਜਾਣ ਤੋਂ ਵੀ ਉਹ ਝਿਜਕਦੀ ਸੀ ਅੱਜ ਉਹ ਵੱਡੇ ਸ਼ੀਸ਼ੇ ਅੱਗੇ ਬੈਠੀ ਵਾਰ ਵਾਰ ਹੀ ਸੀ ਪੂਰੇ-ਪੂਰੇ ਲੱਕ ਤੋਂ ਹੀਠਾਂ ਤੱਕ ਬਿਖਰੇ ਵਾਲਾਂ ਨਾਲ ਕਿੰਨਾ ਚਿਰ ਉਹ ਗੱਲਾਂ ਕਰਦੀ ਰਹੀ ਜਿਵੇਂ ਉਹਨਾਂ ਤੋਂ ਆਪਣਾ ਗੁਨਾਹ ਬਖਸ਼ਾ ਰਹੀ ਹੋਵੇ ਕਿ ਕਿਉਂ ਨੇ ਇਹਨਾਂ ਨੂੰ ਇੰਨਾ ਚਿਰ ਭੁਲਾਈ ਰੱਖਿਆ ਸੀ ਇਹ ਵਾਲ ਜਿਹੜੇ ਹਰ ਦੁੱਖ ਸੁੱਖ ਵੇਲੇ ਉਹਦੇ ਨਾਲ ਰਹੇ ਸਨ ਇਹਨਾਂ ਚਾਚੋ ਦੇ ਉਹਨੇ ਚਮੇਲੀ ਦਾ ਫੁੱਲ ਆਇਆ ਉਹਦੀ ਮਾਂ ਨੇ ਦੇਖਿਆ ਜਬਰਿਆਂ ਮਗਰੋਂ ਮਨਦੀਪ ਨੇ ਵਾਲਾਂ 'ਚ ਫੁੱਲ ਆਇਆ ਸੀ ਅਜਵਰੀਆਂ ਮਗਰੋਂ ਜਿਵੇਂ ਉਹਦੇ ਵਾਲ ਮੁਸਕਰਾਏ ਹੋਣ ਫੁੱਲ ਉੱਥੇ ਆਪ ਹੀ ਖਿਲ ਪਿਆ ਹੋਏ ਮਨਦੀਪ ਦਾ ਰੌਮ ਬਦਲਿਆ ਦੇਖ ਮਾਂ ਬਕਸ ਵਿੱਚੋਂ ਉਹਦੀ ਬਦਲੀ ਰੇਸ਼ਮ ਦੀ ਚੁੰਨੀ ਕੱਢ ਲਈ ਕਦੇ ਬਦਲੀ ਚੁੰਨੀ ਮਨਦੀਪ ਨੂੰ ਬੜੀ ਪਸੰਦ ਹੁੰਦੀ ਸੀ ਫਿਰ ਇਹ ਰੰਗ ਜਿਵੇਂ ਉਹਨੂੰ ਚੁਭਣ ਲੱਗ ਪਿਆ ਮਾਂ ਚੁੰਨੀ ਕੱਢ ਤਾਂ ਲਈ ਪਰ ਉਹਦੀ ਹਿੰਮਤ ਨਾ ਪਈ ਕਿ ਮਨਦੀਪ ਨੂੰ ਆਖੇ ਕਿ ਉਹ ਇਹਨੂੰ ਆਪਣੇ ਉੱਪਰ ਲੈ ਲਵੇ ਤੇ ਆਪ ਹੀ ਫਿਰ ਮੋੜ ਕੇ ਬਕਸ ਵਿੱਚ ਰੱਖ ਆਈ ਅੱਠਣ ਵੇਲੇ ਮੰਦੀ 12 ਦਰੀਚ ਸੈਰ ਕਰਦੀ ਕਰਦੀ ਚਮੇਲੀ ਦੀ ਵੇਲ ਕੋਲ ਜਾ ਖਲੋਤੀ ਸ਼ਿਵ ਨੇ ਦੇਖਿਆ ਤੇ ਉਹਨੂੰ ਖਿਆਲ ਆਇਆ ਇੱਕ ਚਮੇਲੀ ਦੀ ਵੇਲ ਤੇ ਇੱਕ ਕੁੜੀ ਨਹੀਂ ਖਬਰੇ ਚਮੇਲੀ ਦੀ ਵੇਲ ਵੀ ਇੱਕ ਕੁੜੀ ਹੀ ਹੋਵੇ ਇਹ ਵੀ ਤੇ ਹੋ ਸਕਦਾ ਹੈ ਕਿ ਅਸਲ ਚ ਚਮੇਲੀ ਦੀ ਵੇਲ ਹੀ ਹੋਵੇ ਧੋਖਾ ਨਜ਼ਰਦਾਹੀਤਾ ਹੈ ਨਜ਼ਰਾਂ ਦੀ ਪਹੁੰਚ ਤੋਂ ਪਰੇ ਖਬਰੇ ਕੌਣ ਹੈ ਉਹਨੂੰ ਆਪਣੇ ਵੱਲ ਇਹੂੰ ਤੱਕਦਾ ਵੇਖ ਮਨਦੀਪ ਹੱਸ ਪਈ ਸ਼ਿਵ ਨੂੰ ਲੱਗਿਆ ਜਿਵੇਂ ਚਮੇਲੀ ਦੇ ਕਿੰਨੇ ਫੁੱਲ ਹੋਰ ਖਿੜ ਗਏ ਇੱਕ ਤਸਵੀਰ ਹੋਰ ਬਣਾ ਲਵਾਂ ਉਹਨੇ ਮਨਦੀਪ ਨੂੰ ਪੁੱਛਿਆ ਫੁੱਲਾਂ ਦੀ ਪਰ ਹਰ ਫੁੱਲ 'ਚ ਉਸ ਬੀਜ ਦੇ ਸਾਹ ਨੇ ਜਿਹੜਾ ਧਰਤੀ ਨੇ ਨਿਗਲ ਲਿਆ ਸੀ ਉਹਨਾਂ ਸਾਹਾਂ ਦੀ ਤਸਵੀਰ ਬਣਾ ਸਕਦੇ ਹੋ ਤਾਂ ਬਣਾ ਲਓ ਨਹੀਂ ਅੱਜ ਮੈਂ ਤੇਰੀ ਤਸਵੀਰ ਬਣਾਉਣਾ ਚਾਹੁੰਦਾ ਤੇਰੀਆਂ ਅੱਖਾਂ ਵਰਗੀਆਂ ਅੱਖਾਂ ਮੈਂ ਪਹਿਲਾਂ ਕਦੇ ਨਹੀਂ ਵੇਖੀਆਂ ਪਰ ਇਹਨਾਂ ਦੀ ਤਸਵੀਰ ਤੁਹਾਡੇ ਕੋਲੋਂ ਨਹੀਂ ਬਣਨੀ ਤੇ ਤੂੰ ਸਾਹਮਣੇ ਬੈਠੀ ਰਹੀ ਫਿਰਦਾ ਬਣਾ ਲਵਾਂਗਾ ਮੁੱਦਤ ਹੋਈ ਇਹਨਾਂ ਚ ਮੈਂ ਸੁਪਨੇ ਬੀਜੇ ਸਨ ਪਤਾ ਨਹੀਂ ਉਹਨਾਂ ਨੂੰ ਕੌਣ ਚੁਰਾ ਕੇ ਲੈ ਗਿਆ ਹੁਣ ਤਾਂ ਬਸ ਇੱਕ ਰੀਤ ਥਲ ਹੈ ਸੁਪਨੇ ਚੁਰਾਣ ਵਾਲੇ ਦੀਆਂ ਪੈੜਾਂ ਵੀ ਹਨੇਰੀਆਂ ਨੇ ਮਿਟਾ ਦਿੱਤੀਆਂ ਨੇ ਫਿਰ ਤਸਵੀਰ ਕਾਦੀ ਬਣਾਉਂਗੇ ਮੇਰਾ ਦੇਸ ਤੇ ਕਾਗਜ਼ ਤੇ ਉਤਾਰ ਲੈਣਾ ਤਾਂ ਕਲਾਕਾਰ ਦਾ ਕੰਮ ਨਹੀਂ ਹੁੰਦਾ ਮਨਦੀਪ ਦਾ ਹੀ ਫਿਕਰਾ ਜਿਵੇਂ ਸ਼ਿਵ ਦੇ ਸਾਹਮਣੇ ਖੜੋ ਹੋ ਗਿਆ ਉਹਦੇ ਨਾਲ ਤੁਰਨ ਲੱਗਿਆ ਕਾਰਾ ਕਿ ਉਹਨੇ ਆਪਣੀਆਂ ਸਾਰੀਆਂ ਤਸਵੀਰਾਂ ਨੂੰ ਬਾਕਸ ਚੋਂ ਕੱਢਿਆ ਇੱਕ-ਇੱਕ ਨੂੰ ਧਿਆਨ ਨਾਲ ਦੇਖਿਆ ਫਿਰ ਬਾਕਸ 'ਚ ਹੀ ਬੰਦ ਕਰਕੇ ਬਾਕਸ ਸਟੋਰ 'ਚ ਸੁੱਟ ਆਇਆ ਉਸ ਦਿਨ ਨਾ ਉਹਨੇ ਕੁਝ ਖਾਦਾ ਨਾ ਪੀਤਾ ਲੰਮਾ ਪਿਆ ਰਿਆ ਅਗਲੇ ਦਿਨ ਵਾੜ ਵਾਉਣ ਲਈ ਮਨਦੀਪ ਜਦੋਂ ਸ਼ੀਸ਼ੇ ਅੱਗੇ ਬੈਠੀ ਤਾਂ ਕਿੰਨਾ ਚਿਰ ਆਪਣੀ ਅੱਖਾਂ ਵੱਲ ਤੱਕਦੀ ਰਹੀ ਫਿਰ ਅੱਖਾਂ ਉਹਦੇ ਨਾਲ ਜਿਵੇਂ ਦੁੱਖ ਸੁੱਖ ਫਰੋਲਣ ਬੈਠ ਗਈਆਂ ਉਹ ਅੱਖਾਂ ਜਿਨ੍ਹਾਂ 'ਚ ਦਿਨ ਤੇ ਰਾਤ ਇਕੱਠੇ ਰਹਿੰਦੇ ਸਨ ਬਿਟ-ਬਿਟ ਉਹਦੇ ਵੱਲ ਤੱਕ ਰਹੀਆਂ ਸਨ ਤੂੰ ਗੁਨਾਹਗਾਰ ਹੈ ਉਹਨਾਂ ਨੇ ਜਿਵੇਂ ਮਨਦੀਪ ਨੂੰ ਆਖਿਆ ਪਰ 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 ਕੀ ਤੂੰ ਨਾ ਸ਼ੁਕਰੀ ਹੈ ਇਸ ਧਰਤੀ ਤੇ ਬੱਦਲ ਵਰਸਦੇ ਰਹੇ ਫੁੱਲ ਖਿੜਦੇ ਰਹੇ ਸਤਰੰਗੀ ਪੀਂਗ ਪੈਂਦੀ ਰਹੀ ਪਰ ਤੂੰ ਨਾ ਸ਼ੁਕਰੀ ਨੇ ਅੱਖਾਂ ਖੁੱਲੀਆਂ ਹੋਣ ਤੇ ਵੀ ਕੁਝ ਨਾ ਦੇਖਿਆ ਬਸ ਆਪਣੇ ਖੋਲ ਚ ਹੀ ਵੜੀ ਰਹੀ ਉਸ ਖੋਲ ਵਿੱਚ ਜਿੱਥੇ ਹਨੇਰਾ ਹੀ ਹਨੇਰਾ ਸੀ ਕਿੱਡੀਆਂ ਸੋਹਣੀਆਂ ਰੱਬ ਨੇ ਤੈਨੂੰ ਅੱਖਾਂ ਦਿੱਤੀਆਂ ਨੇ ਇਹਨਾਂ ਤੇ ਜਹਾਨ ਡੁੱਬ ਸਕਦਾ ਸੀ ਪਰ ਤੂੰ ਮਨਦੀਪ ਨੇ ਚੁੰਝਲਾ ਕੇ ਆਪਣੀਆਂ ਅੱਖਾਂ ਤੇ ਦੋਵੇਂ ਹੱਥ ਰੱਖ ਲਏ ਜਿਵੇਂ ਨਰਾਜ਼ ਹੋ ਕੇ ਇਹ ਕਿਧਰੇ ਉੱਡ ਜਾਣ ਨੂੰ ਤਿਆਰ ਬੈਠੀਆਂ ਹੋਣ ਫਿਰ ਉੱਠ ਕੇ ਤਸਵੀਰ ਨੂੰ ਦੇਖਣ ਲੱਗ ਪਈ ਆਥਰ ਨੂੰ ਸੈਰ ਵੇਲੇ ਉਹ ਤਸਵੀਰ ਨਾਲ ਲੈ ਗਈ ਇਹ ਤਾਂ ਗਲਤ ਹੋ ਗਈ ਉਹਨੇ ਤਸਵੀਰ ਸ਼ਿਵ ਦੇ ਅੱਗੇ ਰੱਖ ਦੇ ਆਂ ਕਿਉਂ ਅਸ਼ੋਕ ਦੇ ਫੁੱਲ ਤਾਂ ਦੀ ਖਿੜਦੇ ਨੇ ਜੇ ਕੋਈ ਕੁਵਾਰੀ ਕੁੜੀ ਉਹਦੇ ਹੇਠਾਂ ਆਖ ਲੋਵੇ ਫਿਰ ਮਨਦੀਪ ਦੇ ਖਲੋਤੀਆਂ ਇਹ ਫੁੱਲ ਕਿਵੇਂ ਖਿੜ ਸਕਦੇ ਨੇ ਕਿਉਂ ਉਹ ਤੇ ਕੁਵਾਰੀ ਨਹੀਂ ਇਸੇ ਲਈ ਉਹ ਕਹਾਰੀ ਨਹੀਂ ਕਿ ਤੂੰ ਆਖਦੀ ਹੈ ਜਾਂ ਲੋਕ ਆਖਦੇ ਨੇ ਕੋਈ ਸਚਾਈ ਇਹੋ ਜਿਹੀ ਵੀ ਤੇ ਹੋ ਸਕਦੀ ਹੈ ਜਿਹਨੂੰ ਲੋਕ ਨਾ ਜਾਣਦੇ ਹੋਣ ਮਨਦੀਪ ਵੀ ਨਾ ਜਾਣਦੀ ਹੋਵੇ ਪਰ ਕੁਦਰਤ ਜਾਣਦੀ ਹੋਵੇ ਅਸ਼ੋਕ ਦਾ ਬ੍ਰਿਕਸ਼ ਜਾਣਦਾ ਹੋਵੇ ਸ਼ੇ ਬੋਲਿਆ ਪਰ ਸਭ ਦੇ ਸਾਹਮਣੇ ਉਹਨੇ ਕਲੀਰੇ ਬੱਦੇ ਸਨ ਲਾਮਾਂ ਲੀਆਂ ਸਨ ਕਹਾਣੀ ਦਿਸਦੇ ਤੇ ਨਾ ਨਹੀਂ ਮੁੱਕ ਜਾਂਦੀ ਸ਼ੇ ਬੋਲਿਆ ਤੇ ਮਨਦੀਪ ਦੋ ਪਾਲੋ ਦੇ ਮੂੰਹ ਹਲ ਤੱਕ ਦੇਦੀ ਰਹੀ ਫਿਰ ਲਾਗਲੇ درخت ਤੋਂ ਨੀਲੇ ਫੁੱਲਾਂ ਦੀ ਟਾਣੀ ਤੋੜ ਕੇ ਸ਼ਿਵ ਨੂੰ ਦੇ ਦਿੰਦੀ ਉਹਨੂੰ ਲੱਗਿਆ ਜਿਵੇਂ ਕਲਾ ਦੀ ਦੇਵੀ ਉਹਦੀ ਕਲਾ ਨੂੰ ਅਨੰਤ ਹੋਣ ਦਾ ਵਾਰ ਦੇਗੀ ਹੋਵੇ ਸ਼ਿਵ ਨੇ ਕਿੰਨੀਆਂ ਹੀ ਤਸਵੀਰਾਂ ਉਹਦੀਆਂ ਬਣਾਈਆਂ ਜਿਹੜੀ ਕਹਿੰਦੀ ਸੀ ਦਿਸਦੇ ਨੂੰ ਕਾਗਜ਼ ਤੇ ਉਤਾਰ ਲੈਣਾ ਹੀ ਤਾਂ ਕਲਾਕਾਰ ਦਾ ਕੰਮ ਨਹੀਂ ਜਿਹਦੇ ਹੱਸਿਆਂ ਉਹਨੂੰ ਲੱਗਿਆ ਸੀ ਜਿਵੇਂ ਚਮੇਲੀ ਦੇ ਕਿੰਨੇ ਸਾਰੇ ਫੁੱਲ ਹੋਰ ਖਿੜ ਪਏ ਹੋਣ ਜਿਹਦੀਆਂ ਅੱਖਾਂ 'ਚ ਦਿਨ ਤੇ ਰਾਤ ਇਕੱਠੇ ਰਹਿੰਦੇ ਸਨ ਜਿਹੜੀ ਉਹਨੂੰ ਨੀਲੇ ਫੁੱਲਾਂ ਦੀ ਟਾਣੀ ਦੇ ਗਈ ਸੀ ਪਰ ਹੁਣ ਉਹਦੀ ਤਸਵੀਰ ਬਣਾਉਣ ਵੇਲੇ ਉਹਦਾ ਸਾਹਮਣੇ ਹੋਣਾ ਜ਼ਰੂਰੀ ਨਹੀਂ ਸੀ ਉਹਦੀ ਤਸਵੀਰ ਸ਼ਿਵ ਦੀ ਧੁਰੰਦਰ ਆਤਮਾ ਤੱਕ ਲਹਿ ਗਈ ਸੀ 12 ਦਿਰੀਜ ਘੁੰਮਦਿਆਂ ਹੁਣ ਮਨਦੀਪ ਨੇ ਫੁੱਲਾਂ ਨਾਲ ਬੂਟਿਆਂ ਨਾਲ ਪੰਛੀਆਂ ਨਾਲ ਦੋਸਤੀ ਪਾ ਲਈ ਸੀ ਕਿੱਡੇ ਚੰਗੇ ਸਨ ਇਹ ਸਭ ਜਿਹੜੇ ਉਹਨੂੰ ਇਹ ਕਦੇ ਨਹੀਂ ਸੀ ਪੁੱਛਦੇ ਕਿ ਤੂੰ ਕੌਣ ਹੈ ਤੂੰ ਇੱਥੇ ਕਿਉਂ ਫਿਰਦੀ ਰਹਿਨੀ ਹੈ ਜੋ ਵੀ ਕੁਝ ਉਹਨਾਂ ਨੂੰ ਆਖਦੀ ਉਹ ਚੁੱਪ ਕਰਕੇ ਸੁਣਦੇ ਰਹਿੰਦੇ ਜਦੋਂ ਉਹ ਕਹਿੰਦੀ ਮੈਂ ਮਨਦੀਪ ਨਹੀਂ ਉਹ ਤਦ ਵੀ ਕੁਝ ਨਾ ਆਖਦੀ ਜਦੋਂ ਕਦੇ ਉਹ ਕਹਿੰਦੀ ਅੱਛਾ ਮੈਂ ਚੱਲੀ ਆਂ ਘਰ ਮੇਰੇ ਬੱਚੇ ਉਡੀਕਦੇ ਹੋਣਗੇ ਫਿਰ ਵੀ ਉਹਨੂੰ ਕੁਝ ਨਾ ਕਹਿੰਦੀ ਦੋ ਕੁ ਮਹੀਨੇ ਮਗਰੋਂ ਸ਼ਹਿਰ 'ਚ ਤਸਵੀਰਾਂ ਦੀ ਇੱਕ ਨਮਾਇਸ਼ ਲੱਗੀ ਤਸਵੀਰਾਂ ਵੇਖਣ ਨਹੀਂ ਜਾਏਂਗੀ ਇੱਕ ਦਿਨ ਸ਼ਿਵ ਨੇ ਪੁੱਛਿਆ ਆਲੇ ਦੁਆਲੇ ਜੋ ਕੁਝ ਦਿਸਦਾ ਹੈ ਤਸਵੀਰਾਂ ਹੀ ਤਾਂ ਹਨ ਉਹ ਬੋਲੀ ਜਸਬੀਰ ਵੀ ਦੋਸਤਾਂ ਨਾਲ ਨਮਾਇਸ਼ ਵੇਖਣ ਗਿਆ ਪ੍ਰਥਮ ਦੀਪ ਦੀ ਵੱਡੀ ਸਾਰੀ ਤਸਵੀਰ ਵੇਖ ਕੇ ਲੋਹਾ ਲੱਖਾ ਹੋਇਆ ਘਰ ਮੁੜਿਆ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਘਰ ਦੀਆਂ ਕੁੜੀਆਂ ਨੇ ਕਦੇ ਉਂਗਲ ਨਹੀਂ ਸੀ ਬਾਹਰ ਕੱਢੀ ਤੈਨੂੰ ਤਾਂ ਖਿਆਲ ਹੀ ਨਹੀਂ ਕਿਸੇ ਦਾ ਮੇਰੇ ਕੋਲੋਂ ਤਾਂ ਆਪਣੇ ਆਪ ਦਾ ਵੀ ਖਿਆਲ ਨਹੀਂ ਰੱਖ ਹੋਇਆ ਵੀਰਾ ਬੇਵਕੂਫਾ ਵਾਂਗ ਬਸ ਸੜਕਾਂ ਤੇ ਘੁੰਮਦੀ ਰਹਿਣੀ ਐ ਹਰ ਕੋਈ ਪੁੱਛਦਾ ਕਿ ਕੀ ਗੱਲ ਐ ਹੋਰ ਕੀ ਕਰਿਆ ਕਰਾ ਮਨਦੀਪ ਨੇ ਸਹਿਜ ਨਾਲ ਪੁੱਛਿਆ ਚੰਗਾ ਜਿਵੇਂ ਮਰਜ਼ੀ ਕਰਿਆ ਕਰ ਤੇਰੇ ਵੱਲੋਂ ਮੈਂ ਮਰ ਗਿਆ ਮੇਰੇ ਵੱਲੋਂ ਤੂੰ ਮਰ ਗਈ ਆਫੇ ਜਸਵੀਰ ਗੁੱਸੇ ਨਾਲ ਖੜਪ ਖੜਪ ਪੈਰ ਮਾਰਦਾ ਤੁਰ ਗਿਆ। ਮਨਦੀਪ ਉਹਦੇ ਵੱਲ ਤੱਕ ਕੇ ਉਹ ਮੁਸਕराई ਜਿਵੇਂ ਕਿਸੇ ਜੁਗ ਜ਼ਹਿਰ ਦਾ ਪਿਆਲਾ ਪੀ ਕੇ ਸ਼ਿਵ ਮੁਸਕਰਾਇਆ ਸੀ। ਕਾਹਨੂੰ ਗੁੱਸੇ ਕਰਨਾ ਸੀ ਤੇਰੇ ਕਿਹੜੇ ਪੰਜ ਸੱਤ ਭਰਾ ਨੇ ਉਹਦੀ ਮਮਾ ਨੇ ਨਾਲ ਵਾਲੇ ਕਮਰੇ 'ਚ ਹੀ ਆ ਗਿਆ। ਉੱਥੋਂ ਜਸਵੀਰ ਸਿੱਧਾ ਸ਼ਿਵ ਦੇ ਘਰ ਗਿਆ। ਪੈਰ ਨਾਲ ਬੂਆ ਖੜਕਾਇਆ। ਫਰਮਾਓ। ਸ਼ਿਵ ਨੇ ਬੂਆ ਖੋਲ ਕੇ ਆਖਿਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਜਸਵੀਰ ਨੇ ਸਖਤ ਆਵਾਜ਼ ਚ ਰਾਖਿਆ। ਆਜੋ ਅੰਦਰ ਆਗ ਸ਼ਿਵ ਨੂੰ ਉੱਥੇ ਹੀ ਲੈ ਗਿਆ ਜਿੱਥੇ ਹੁਣੇ ਉਹ ਤਸਵੀਰ ਬਣਾਉਂਦਾ ਗਿਆ ਸੀ ਈਜ਼ਲ ਉੱਤੇ ਫਿਰ ਮਨਦੀਪ ਦੀ ਹੀ ਤਸਵੀਰ ਸੀ ਜਿਸ 'ਚ ਅੰਤਿਮ ਛੋਹਾਂ ਹੀ ਬਾਕੀ ਸਨ ਇਸ ਕੁੜੀ ਨੂੰ ਜਾਣਦੇ ਹੋ ਕੋਣ ਹੈ ਜਸਵੀਰ ਨੇ ਤਸਵੀਰ ਵੱਲ ਉਂਗਲ ਕਰਕੇ ਪੁੱਛਿਆ ਤਸਵੀਰ ਬਣਾਉਣ ਲਈ ਜਿੰਨੀ ਕੁ ਜਾਣਨ ਦੀ ਲੋੜ ਹੁੰਦੀ ਹੈ ਉੰਨੀ ਕੋਈ ਜਾਣਦਾ ਕੀ ਮਤਲਬ ਕਲਾ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਹੁੰਦਾ ਕਿ ਕੀ ਦਿੱਤੀ ਉਹ ਕਿੰਨਾ ਕਮੀਰੇ ਜੌਂਕੀ ਦੀ ਪਤਨੀ ਉਹ ਕਿੰਨਾ ਕੁ ਸਖਤ ਹੈ ਜੋਕੀ ਦੀ ਮਾਂ ਹੈ ਤੇ ਉਹ ਕਿੱਡਾ ਕੁ ਬੰਦਾ ਹੈ ਉਹ ਕੀ ਖਾਂਦੀ ਹੈ ਕਿੱਥੇ ਰਹਿੰਦੀ ਜਾਣਦੇ ਹੋ ਮੇਰੀ ਭੈਣ ਹੈ ਜਸਵੀਰ ਨੇ ਜ਼ਰਾ ਸਖਤ ਆਵਾਜ਼ ਚਾਕੇ ਕਿ ਤੁਸੀਂ ਜਾਣਦੇ ਹੋ ਕਿ ਉਹ ਤੁਹਾਡੀ ਭੈਣ ਹੈ ਜਸਵੀਰ ਇਸ ਉਲਟੇ ਜੇ ਸਵਾਲ ਨਾਲ ਦੋ ਪਲ ਥੱਥਲਾ ਗਿਆ ਦੋ ਮਿੰਟ ਚੁੱਪ ਰਹਿ ਕੇ ਬੋਲਿਆ ਉਹਦੀਆਂ ਤਸਵੀਰਾਂ ਕਿਦੀ ਇਜਾਜ਼ਤ ਨਾਲ ਬਣਾਉਂਦੇ ਹੋ ਮੈਂ ਉਹ ਤੋਂ ਪੁੱਛ ਲਿਆ ਸੀ ਉਸ ਤੋਂ ਪੁੱਛਣਾ ਕੀ ਮੈਨੇ ਰੱਖਦਾ ਜਦ ਕਿ ਉਹਦਾ ਦਿਮਾਗ ਠੀਕ ਨਹੀਂ ਇਹ ਤੁਸੀਂ ਕਿਵੇਂ ਆਖ ਸਕਦੇ ਹੋ ਹੋ ਸਕਦਾ ਉਹਨੂੰ ਇਉਂ ਸਮਝਣ ਲੱਗਿਆ ਸਾਡਾ ਸਭਨਾਂ ਦਾ ਦਿਮਾਗ ਖਰਾਬ ਹੋਵੇ ਕੌਣ ਜਾਣਦਾ ਸੱਚਾਈ ਕਿਸ ਪਾਸੇ ਹੈ ਕੌਣ ਉਹਦੇ ਵਧੇਰੇ ਨੇੜੇ ਹੈ ਜਸਵੀਰ ਨੂੰ ਇਹ ਬੈਸ ਚੰਗੀ ਨਾ ਲੱਗੀ ਬੋਲਿਆ ਉਹ ਨਮੈਸ਼ ਵਿੱਚੋਂ ਤਸਵੀਰ ਉਤਾਰ ਲਓ ਕੀਮਤ ਮੈਂ ਦੇ ਦੇਵਾਂਗਾ ਕਿਉਂ ਮੈਨੂੰ ਚੰਗਾ ਨਹੀਂ ਲੱਗਦਾ ਲੋਕੀ ਉਂਗਲਾਂ ਕਰਕੇ ਆਖਣਗੇ ਫਲਾਣੇ ਦੀ ਧੀ ਹੈ ਫਲਾਣੇ ਦੀ ਭੈਣ ਹੈ ਜਦੋਂ ਸੜਕਾਂ ਤੇ ਫਿਰਦੀ ਹੁੰਦੀ ਹੈ ਤੇ ਲੋਕੀ ਤਾਂ ਉਦੋਂ ਵੀ ਆਖਦੇ ਨੇ ਤਾਂ ਕੀ ਜ਼ਿੰਦਗੀ ਦੀ ਦੀਵਾਰ ਤੋਂ ਦੀ ਤਸਵੀਰ ਲਾ ਦੇਓਗੇ ਤਨੂ ਦੇ ਬਾਰੇ ਕੁਝ ਆਖਣ ਦਾ ਕੀ ਅਧਿਕਾਰ ਹੈ ਅਧਿਕਾਰ ਤਾਂ ਨਹੀਂ ਪਰ ਮੈਂ ਉਹ ਤਸਵੀਰ ਨਹੀਂ ਵੇਚਾਂਗਾ ਅੱਛਾ ਦੇਖ ਲਵਾਂਗਾ ਆਖ ਤਸਵੀਰ ਗੁੱਸੇ ਨਾਲ ਭਰਿਆ ਪੀਤਾ ਉੱਠ ਉੱਠਾਇਆ ਸ਼ਿਵ ਕਿੰਨਾ ਚਿਰ ਮਨਦੀਪ ਦੀ ਤਸਵੀਰ ਵੱਲ ਵੇਖਦਾ ਰਿਹਾ ਜਿਵੇਂ ਮਨਦੀਪ ਦੀਆਂ ਅੱਖਾਂ ਵਿੱਚਲੇ ਮਾਰੂਥਲ ਵੱਲ ਤੱਤਾ ਤੱਤਾ ਹਵਾ ਦਾ ਝੁੰਕਾ ਆਇ ਹੋਵੇ ਤੇ ਉਹ ਦਬੂ ਅੱਖੜ ਕਾ ਕੇ ਲੰਘ ਗਿਆ ਹੋਵੇ ਅਜੋ ਤੋ ਹੋਰ ਕੰਮ ਨਾ ਹੋਇਆ ਉਹ ਸੋਚਦਾ ਰਿਹਾ ਕਿ ਕਹਿੰਦੇ ਨੇ ਰੱਬ ਸਾਡੇ ਅੰਦਰ ਵਸਦਾ ਹੈ ਹਰ ਵੇਲੇ ਸਾਡੇ ਨਾਲ ਹੀ ਰਹਿੰਦਾ ਹੈ ਫੇਰ ਤਾਂ ਫੇਰ ਤਾਂ ਉਹ ਕੁੜੀ ਜਿਹਦੇ ਅੱਖਾਂ ਚ ਦਿਨ ਤੇ ਰਾਤ ਇਕੱਠੇ ਵਸਦੇ ਨੇ ਰੱਬ ਨੂੰ ਵੀ ਉਹਨਾਂ ਮਾਰੂਥਲਾਂ ਵਿੱਚੋਂ ਦੀ ਲੰਘਾਉਂਦੀ ਹੋएगी ਜਿਨ੍ਹਾਂ ਵਿੱਚੋਂ ਦੀ ਆਪ ਲੰਘਦੀ ਏ ਉਸ ਕੁੜੀ ਦਾ ਭਰਾ ਉਹਦੀ ਤਸਵੀਰ ਵੱਲ ਵੀ ਕਿਸੇ ਨੂੰ ਦੇਖਣ ਨਹੀਂ ਦੇਣਾ ਚਾਹੁੰਦਾ ਪਰ ਉਹਨੂੰ ਕੀ ਪਤਾ ਹੈ ਉਹਦਾ ਕਿੰਨਾ ਕੁਝ ਅੰਦਰੋਂ ਟੁੱਟ ਕੇ ਉਹਨਾਂ ਰਾਹਾਂ ਤੇ ਬिखर ਗਿਆ ਜਿਨ੍ਹਾਂ ਰਾਹਾਂ ਨੂੰ ਲੋਕੀ ਮਿੱਧ ਤੇ ਲੰਘ ਜਾਂਦੇ ਨੇ ਉਹਦੇ ਕਿੰਨੇ ਕੁਝ ਨੇ ਪਾਗਲਪਨ ਹੀਠਾਂ ਪਨਾ ਲੈ ਲਈਏ ਇਹ ਉਹਦਾ ਭਰਾ ਹੈ ਪਰ ਉਹਨੂੰ ਕੌਣ ਦੱਸੇ ਕਿ ਜੇ ਤੂੰ ਉਹਦਾ ਭਰਾ ਹੁੰਦਾ ਉਥੇ ਕਿਉਂ ਪਹੁੰਚ ਜਾਂਦੀ ਜਿੱਥੇ ਕੋਈ ਕਿਸੇ ਦਾ ਕੁਝ ਨਹੀਂ ਰਹਿ ਜਾਂਦਾ ਤੂੰ ਉਹਦਾ ਜਾਂਦੀ ਦਾ ਪੱਲਾ ਨਾ ਫੜ ਲੈਂਦਾ ਫਿਰ ਉਹ ਇਸ ਧਰਤੀ ਦੇ ਸਾਰੇ ਰਿਸ਼ਤਿਆਂ ਵੱਲੋਂ ਮੂੰਹ ਮੋੜ ਕੇ ਪਾਗਲ ਨਾ ਹੁੰਦੀ ਪਰ ਹੁਣ ਤੇ ਉਹ پاگل ਨਹੀਂ ਖਬਰੇ ਨਾ ਰਿਸ਼ਤਿਆਂ ਦੇ ਝੂਠ ਸੱਚ ਦੀ ਉਹਨੂੰ ਸਮਝ ਆ ਗਈ ਏ ਧੰਨਵਾਦ ਚਲਦਾ